ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਇਸ ਚੈਰ ਚ ਖੁੱਲਿਆ ਦੇਸ਼ ਦਾ ਪਹਿਲਾ 골ਡ ਏਟੀਐਮ ਨਿਕਲਿਆ ਕਰੇਗਾ ਸੋਨਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਹੁਣ ਪਹਿਲਾ ਅਜਿਹਾ 골ਡ ਏਟੀਐਮ ਲੱਗਾ ਹੈ ਜੋ ਕਿ ਤੇਲੰਗਾਨਾ ਦੀ ਰਾਜਧਾਨੀ ਹਾਈਦਰਾਬਾਦ ਚ ਲਗਾਇਆ ਗਿਆ ਹੈ ਜੋ ਪਹਿਲਾ ਰੀਅਲ ਟਾਈਮ 골ਡ ਰੇਟਿਮ ਹੋਵੇਗਾ ਜਿਸ ਚੋਂ ਲੋਕ سونے ਦੇ ਸਿੱਕੇ ਕਾਟ ਸਕਣਗੇ ਤੇ ਜਿਸ ਵਿੱਚ سونے ਦੀ ਕੀਮਤ ਦੀ ਲਾਈਵ ਅਪਡੇਟ ਦਿੱਤੀ ਜਾਏਗੀ ਉੱਥੇ ਲੋਕਾਂ ਵਾਸਤੇ ਇਹ ਸ 服务24 ਘੰਟੇ ਲਈ جاری ਰੱਖੀ ਜਾਏਗੀ ਦਾਸੇ 골ਡ ਸਿੱਕਾ ਦੇ CEO ਸੀ ਅਤਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿੱਥੇ ਉਹਨਾਂ ਸੋਨਾ ਖਰੀਦਣ ਦੇ ਵੇਚਣ ਦਾ ਕਾਰੋਬਾਰ ਕਰਦੇ ਨੇ ਉੱਥੇ ਹੀ ਜਾਰੀ ਕੀਤੇ ਗਏ ਇਸ 골ਡ ਰੇਟਿਮ ਦੇ ਵਰਤੋਂ ਲੋਕਾਂ ਵੱਲੋਂ ਕੀਤੀ ਜਾਏਗੀ ਤੇ ਉਹ ਇਸ ਤੋਂ गोल्ड ਦੇ ਸਿੱਕੇ 0.5 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਖਰੀਦ ਸਕਦੇ ਨੇ ਉੱਥੇ ਉਹਨਾਂ ਦੱਸਿਆ ਹੈ ਕਿ ਇਸ ਦੀ ਵਰਤੋਂ ਕਰਨ ਵਾਸਤੇ ਗਾਹਕਾਂ ਨੂੰ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ 골ਡ ਹੈ ਜੋ ਇਹਨਾਂ ਨੇ 골ਡ ਏਟੀਮ ਚਲਾਇਆ ਹੈ ਇਹ ਸਹੀ ਹੈ ਜਾਂ ਫਿਰ ਨਹੀਂ ਕਮੈਂਟ ਸੈਕਸ਼ਨ ਦੱਸੋ ਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ